ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਵੱਲੋਂ ਕਾਲ ਦਿੱਤੀ ਗਈ ਹੈ ਕਿ 12 ਵਜੇ ਤੋਂ ਲੈ ਕੇ 4 ਵਜੇ ਤੱਕ ਟੋਲ ਪਲਾਜ਼ਾ ਬੰਦ ਕੀਤੇ ਜਾਣਗੇ। ਬੂਟਾ ਸਿੰਘ ਸ਼ਾਦੀਪੁਰ ਸਾਡੇ ਨਾਲ ਮੌਜੂਦ ਨੇ। ਸ਼ਾਦੀਪੁਰ ਸਾਹਿਬ, ਕਿਵੇਂ ਵੇਖੀ ਜੀ ਇਸ ਕਾਲ ਨੂੰ ਔਰ ਕਿੰਨਾ ਕੁ ਹੁੰਗਾਰਾ ਜਿਹੜੇ ਸੰਯੁਕਤ ਕਿਸਾਨ ਮੋਰਚਾ ਦੇ ਰਹੇ? ਵੇਖੋ, ਇਹ ਕੱਲ੍ਹ ਸਾਨੂੰ ਐਮਰਜੈਂਸੀ ਮੀਟਿੰਗ ਸੱਦਣੀ ਪਈ SKM ਦੀ। ਐਮਰਜੈਂਸੀ ਮੀਟਿੰਗ ਅਸੀਂ ਕੱਲ੍ਹ ਬੁਲਾ ਕੇ ਫਿਰ ਉਹਦੇ ਵਿੱਚ ਸਾਡੇ ਕੋਲ ਮੈਸੇਜ ਵੀ ਵੈਸੇ ਚੱਲਿਆ ਗਿਆ, ਨਹੀਂ ਤਾਂ ਹੋ ਸਕਦਾ ਕੋਈ ਇਸ ਤੋਂ ਵੀ ਸਖਤ ਐਕਸ਼ਨ ਹੁੰਦਾ। ਮੈਸੇਜ ਚੱਲਿਆ ਗਿਆ ਵੀ ਸਰਕਾਰ ਨੇ ਗੱਲਬਾਤ ਦਾ ਰਸਤਾ ਦੁਬਾਰੇ ਖੋਲ੍ਹ ਲਿਆ ਔਰ ਉੱਥੇ ਸਟੇਜ ਲੱਗ ਗਈ, ਦੋਵਾਂ ਤਰ੍ਹਾਂ ਦੀ ਗੱਲਬਾਤ ਵਿੱਚ ਚੱਲਣ ਦਾ ਸਿਲਸਿਲਾ ਚਾਲੂ ਹੋਇਆ ਔਰ ਜਿਹੜਾ ਅੱਗੇ ਵਧਣ ਦਾ ਪ੍ਰੋਗਰਾਮ ਸੀ ਉਹਨੂੰ ਇੱਕ ਵਾਰ ਰੋਕਿਆ ਗਿਆ ਔਰ ਅਥਰੂ ਗੈਸ ਦੇ ਗੋਲੇ ਜਿਹੜੇ ਸੀ ਉਹ ਵੀ ਬੰਦ ਕੀਤੇ ਗਿਆ। ਉਹਦੇ ਮੁਤਾਬਕ ਫਿਰ ਅਸੀਂ ਇਹ ਫੈਸਲਾ ਕਰਿਆ ਬਈ ਕੱਲ੍ਹ ਨੂੰ 3 ਘੰਟੇ ਸਾਰੇ ਪੰਜਾਬ ਦੇ ਟੋਲ ਪਲਾਜ਼ੇ ਜਿਹੜੇ ਨੇ ਉਹ ਰੋਕੇ ਜਾਣਗੇ ਰੋਸ ਵਜੋਂ। ਇਸ ਰੋਸ ਵਜੋਂ ਜਿਹੜਾ ਸਰਕਾਰ ਨੇ ਲਾਠੀ ਚਾਰਜ ਕੀਤਾ, ਲੱਤਾਂ ਤੋੜੀਆਂ, ਲੋਕਾਂ ਦੇ ਅਥਰੂ ਗੈਸ ਦੇ ਗੋਲੇ ਛੱਡੇ, ਵਾਟਰ ਕੰਨਰ ਦੀ ਵਰਤੋਂ ਕੀਤੀ, ਉਹਦੇ ਰੋਸ ਵਜੋਂ SKM ਜਿਹੜਾ ਨੈਸ਼ਨਲ ਆ ਉਹਦੀ ਇਹ ਕਾਲ ਸੀਗੀ ਕੱਲ੍ਹ ਵੀ ਰੋਸ ਵਜੋਂ ਅਸੀਂ 3 ਘੰਟੇ ਬੰਦ ਕਰਾਂਗੇ। ਔਰ 16 ਤਰੀਕ ਨੂੰ ਭਾਰਤ ਬੰਦ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਕਿ 16 ਤਰੀਕ ਨੂੰ ਭਾਰਤ ਬੰਦ ਆ। ਉਹਦੇ ਵਿੱਚ ਹਰ ਵਰਗ ਆ ਜਿਹੜਾ, ਟ੍ਰੇਡ ਯੂਨੀਅਨਾਂ ਲਾ ਲਓ, ਚਾਹੇ ਮਾਸਟਰ ਨੇ, ਡਾਕਟਰ ਨੇ, ਬੈਂਕਾਂ ਨੇ, ਮਤਲਬ ਹਰ ਵਰਗ ਆ ਜਿਹੜਾ ਉਹਦੇ ਵਿੱਚ ਪਹੁੰਚ ਰਿਹਾ ਜੀ। ਸਾਰੇ ਉਹਦੇ ਵਿੱਚ ਪਹੁੰਚ ਰਹੇ ਨੇ, ਉਹਦੇ ਵਿੱਚ ਸਾਰੇ ਪਹੁੰਚ ਰਹੇ ਆ ਅਤੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਕਾਮਯਾਬ ਹੋ ਰਿਹਾ। 16 ਤਰੀਕ ਦਾ ਜਿਹੜਾ ਪ੍ਰੋਗਰਾਮ ਆ ਅਤੇ ਉਹ ਵੱਡੇ ਪੱਧਰ 'ਤੇ ਕਾਮਯਾਬ ਹੋਊਗਾ। ਉਸ ਤੋਂ ਬਾਅਦ 17 ਆ ਗਈ, 18 ਤਰੀਕ ਨੂੰ ਦੁਬਾਰੇ ਮੀਟਿੰਗ ਅਸੀਂ ਲੁਧਿਆਣੇ ਕਰ ਰਹੇ ਹਾਂ। ਉਸ ਮੀਟਿੰਗ ਦੇ ਵਿੱਚ ਅਸੀਂ ਫਿਰ ਫੈਸਲਾ ਕਰਾਂਗੇ ਬਈ ਕੀ ਸਾਨੂੰ ਕਰਨਾ ਚਾਹੀਦਾ। ਗੱਲਬਾਤ ਦਾ ਰਸਤਾ ਖੁੱਲਿਆ, ਆਸ ਹੈਗੀ ਹੈ ਕਿ ਅੱਜ ਜਦੋਂ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਹੋਵੇ, ਕਿਉਂਕਿ ਇਹ ਲਗਾਤਾਰ ਵੇਖਿਆ ਜਾ ਰਿਹਾ 2-3 ਦਿਨਾਂ ਦੇ ਵਿੱਚ ਕਾਫੀ ਮੀਟਿੰਗਾਂ ਹੋਈਆਂ। ਅਸੀਂ ਆਸ ਕਰਦੇ ਹਾਂ ਕਿ ਸਰਕਾਰ ਹੈ ਜਿਹੜੀ ਉਹ ਮਸਲੇ ਹੱਲ ਕਰੇ, ਗੱਲਬਾਤ ਰਾਹੀਂ ਮਸਲੇ ਹੱਲ ਕਰਦੀਆਂ ਨੇ। ਗੱਲਬਾਤ ਵਾਸਤੇ ਤਿਆਰ ਰਹਿੰਦੇ ਆਪਾਂ 24 ਘੰਟੇ, ਪਰ ਸਰਕਾਰ ਦੇ ਮਨ ਵਿੱਚ ਕੋਈ ਹੇਰਾ ਫੇਰੀ ਹੁੰਦੀ ਹੈ, ਜਿਹੜਾ ਮਸਲਾ ਹੱਲ ਨਹੀਂ ਹੁੰਦਾ, ਮੀਟਿੰਗ ਤੋਂ ਉੱਠ ਜਾਂਦੇ ਨੇ। ਪੰਜਾਬ ਦੇ ਵਿੱਚ ਕੀ ਮਾਹੌਲ ਬਣ ਰਿਹਾ ਇਸ ਵੇਲੇ, ਕਿਸ ਤਰੀਕੇ ਨਾਲ? ਸਰਕਾਰਾਂ ਨੇ ਬਣਾਉਣਾ, ਅਸੀਂ ਸ਼ਾਂਤਮਈ ਆ, ਬਿਲਕੁਲ ਸ਼ਾਂਤਮਈ ਆ। ਤੁਹਾਡੇ ਚੈਨਲਾਂ ਦੇ ਜ਼ਰੀਏ ਵੀ ਇਹ ਗੱਲ ਕਹਿ ਰਹੇ ਹਾਂ ਕਿ ਸ਼ਾਂਤਮਈ ਪ੍ਰੋਗਰਾਮ ਹੈ, ਸ਼ਾਂਤੀ ਸ਼ਾਂਤਮਈ ਰਹਿਣਾ ਚਾਹੀਦਾ, ਸ਼ਾਂਤਮਈ ਚੱਲੂਗਾ। ਇੱਥੇ ਕਮਜ਼ੋਰੀ ਨਹੀਂ ਰਹੇਗੀ ਕਿ ਦੋਨੋਂ ਕਿਸਾਨਾਂ ਦੇ ਵੱਖਰੇ ਹੋਣ? ਫੋਨ ਕਰਦਾ ਰਹੇ ਆਪਾਂ ਸਾਰਿਆਂ ਨੂੰ ਸੱਦਾ ਦਿਓ, ਸਾਰੇ ਇਕੱਠੇ ਹੋ ਕੇ ਚੱਲੀਏ, ਪਰ ਉਧਰੋਂ ਢਿੱਲ ਰਹੀ ਹੈ, ਪਰ ਫਿਰ ਵੀ ਅਸੀਂ ਨਾਲ ਆ, ਡਟ ਕੇ ਨਾਲ ਖੜੇ ਆ ਉਹਨਾਂ ਦੇ, ਖੜੇ ਰਹਾਂਗੇ। ਸੰਯੁਕਤ ਕਿਸਾਨ ਮੋਰਚਾ ਬੂਟਾ ਸਿੰਘ ਸ਼ਾਦੀਪੁਰ ਸਿੱਧੇ ਤੌਰ ਤੇ ਕਹਿ ਰਹੇ ਨੇ ਅਸੀਂ ਨਾਲ ਹੈਗੇ ਆ। ਹੋਰ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ, ਲੀਗਲ ਵਿੰਗ ਦੇ ਜਿਹੜੇ ਕਿਸਾਨ ਐਡਵੋਕੇਟ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ, ਪ੍ਰਭਜੋਤ ਪਾਲ ਸਿੰਘ। ਪ੍ਰਭਜੋਤ ਜੀ, ਕਿਵੇਂ ਵੇਖੀਏ, ਕਿਉਂਕਿ ਇੱਕ ਵਾਰ ਫਿਰ ਮਾਹੌਲ ਪੰਜਾਬ ਦੇ ਵਿੱਚ ਗਰਮਾ ਗਿਆ? ਦੇਖੋ ਜੀ, ਲੋਕਤੰਤਰ ਦਾ ਵੱਡੇ ਤਰੀਕੇ ਨਾਲ ਘਾਣ ਹੋ ਰਿਹਾ। ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੋਵੇ, ਜਿਹਨੂੰ ਮਦਰ ਆਫ ਡੈਮੋਕ੍ਰੇਸੀ ਕਿਹਾ ਜਾਂਦਾ ਹੋਵੇ, ਅਤੇ ਅੱਜ ਫਾਦਰ ਆਫ ਡਿਕਟੇਟਰਸ਼ਿਪ ਬਣਦਾ ਜਾ ਰਿਹਾ। ਇਹ ਨਾ ਤਾਂ ਕੋਰਟ ਦੀ ਪਰਵਾਹ ਕਰ ਰਹੇ ਨੇ, ਨਾ ਹੀ ਲੋਕਤੰਤਰ ਦੀ ਪਰਵਾਹ ਕਰ ਰਹੇ ਨੇ। ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਨੇ, ਲੋਕ ਸੱਤਾ ਤੋਂ ਉੱਪਰ ਹੁੰਦੇ ਨੇ, ਸੋ ਇਹਦਾ ਬੜਾ ਵੱਡਾ ਘਾਣ ਕੀਤਾ ਜਾ ਰਿਹਾ। ਸੋ ਲੋਕਾਂ ਦੇ ਹੱਕਾਂ 'ਤੇ ਡਟ ਕੇ ਪਹਿਰਾ ਦੇਣ ਲਈ ਮੈਂ ਕਹਾਂਗਾ ਸਾਰੇ ਸਮਾਜ ਨੂੰ, ਸਾਰੇ ਲੋਕਾਂ ਨੂੰ ਅੱਗੇ ਚਾਉਣਾ ਚਾਹੀਦਾ। ਇਸ ਗੱਲ 'ਚ ਇਕੱਲਾ ਕਿਸਾਨ ਨਹੀਂ ਮਰੂਗਾ, ਇਹ ਛੋਟਾ ਛੋਟਾ ਸ਼ਾਹੂਕਾਰ ਵੀ ਬਣੂਗਾ, ਥੋੜ੍ਹੇ ਸਮੇਂ 'ਚ ਦੇਖੋਗੇ ਫਿਰ ਵਪਾਰ ਵੀ ਮਰੂਗਾ ਅਤੇ ਹੌਲੀ ਹੌਲੀ ਸਾਰਾ ਬਾਜ਼ਾਰ ਵੀ ਮਰੂਗਾ। ਕਿਵੇਂ ਦੇਖਦੇ ਹੋ ਕਿ ਲੋਕ ਜੁੜ ਰਹੇ ਨੇ ਇਸ ਅੰਦੋਲਨ ਦੇ ਨਾਲ, ਦੁਬਾਰਾ ਤੋਂ ਲੋਕਾਂ ਦੀ ਉਹ ਭਾਵੁਕ ਜਿਹੜੇ ਲੋਕ ਹੋ ਗਏ ਸੀ ਪਿਛਲੇ ਅੰਦੋਲਨ ਦੇ ਦੌਰਾਨ, ਉਹ ਦੁਬਾਰਾ ਹੋਏ ਨੇ? ਦੇਖੋ ਜੀ, ਲੋਕ ਸਮਝਦੇ ਨੇ, ਲੋਕ ਪਹਿਲਾਂ ਵੀ ਬੜੇ ਵੱਡੇ ਲੈਵਲ 'ਤੇ ਸਮਰਥਨ ਮਿਲਿਆ ਸੀ ਸਾਨੂੰ, ਅਤੇ ਲੋਕ ਸਮਝਦੇ ਨੇ ਵੀ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਵਾਈਆਂ ਅਤੇ ਖਾਣ ਪੀਣ ਤੋਂ ਬਿਨਾਂ ਧਰਤੀ 'ਤੇ ਜੀਵਨ ਨੂੰ ਸੋਚਿਆ ਨਹੀਂ ਜਾ ਸਕਦਾ, ਇਸੇ ਧਰਤੀ 'ਤੇ ਕਬਜ਼ਾ ਕਰਨ ਜਾ ਰਹੀ ਹੈ ਮੋਦੀ ਸਰਕਾਰ, ਕਾਰਪੋਰੇਟ ਦੇ ਹੱਥੀ ਜਾ ਰਹੀ ਹੈ। 26 ਕੇਸ WTO 'ਤੇ ਚੱਲਦੇ ਨੇ ਬਾਹਰਲੇ ਮੁਲਕਾਂ 'ਚ, ਇਹ ਸਾਰੀ ਸਿਆਸਤ WTO ਵੱਲੋਂ ਕੀਤੀ ਜਾ ਰਹੀ ਹੈ, ਕਿਤੇ ਨਾ ਕਿਤੇ ਧਰਤੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਿਸਾਨ ਕੋਲੋਂ ਰੋਜ਼ੀ ਰੋਟੀ ਉਹਦਾ ਸਾਧਨ ਖੋਹ ਕੇ ਕਾਰਪੋਰੇਟ ਨੂੰ ਦਿੱਤੇ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲੋਕਾਂ ਨੂੰ ਆਮ ਆਵਾਮ ਨੂੰ ਇੱਥੇ ਮਜ਼ਦੂਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕ ਇਸ ਗੱਲ ਨੂੰ ਸਮਝ ਚੁੱਕੇ ਨੇ, ਇਹੀ ਅਨਾਜ ਫਿਰ ਹਜ਼ਾਰ ਰੁਪਏ ਕਿਲੋ ਮਿਲੇਗਾ। ਜਿਹੜਾ ਰਸਤਾ ਖੁੱਲ੍ਹਿਆ ਹੁਣ, ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ, ਅੱਜ ਵੀ ਮੀਟਿੰਗ ਹੋਣ ਜਾ ਰਹੀ ਹੈ, ਆਸ ਹੈ ਕਿ ਕੇਂਦਰ ਦਾ ਇੱਕ ਹਲੀਮੀ ਭਰਾ ਕਿਤੇ ਨਾ ਕਿਤੇ ਮਾਹੌਲ ਹੈਗਾ। ਦੇਖੋ ਕੋਰਟ ਆਪਣਾ ਕੰਮ ਕਰ ਰਹੀ ਹੈ, ਕੋਰਟ ਨੇ ਬਿਲਕੁਲ ਬਹੁਤ ਵਧੀਆ ਫੈਸਲਾ ਦਿੱਤਾ ਮਾਨਯੋਗ ਅਦਾਲਤ ਨੇ ਕਿ ਪੀਸਫੁਲੀ ਪ੍ਰੋਟੈਸਟ ਚੱਲ ਰਿਹਾ। ਇਹ ਸਾਡੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਵੀ ਫਾਈਲ ਕੀਤਾ ਜਾ ਰਿਹਾ ਕੇਸ, ਜਲਦੀ ਤੁਹਾਨੂੰ ਸੁਪਰੀਮ ਕੋਰਟ ਦੇ ਵਿੱਚੋਂ ਵੀ ਇਹ ਫੈਸਲੇ ਹੁੰਦੇ ਦਿਖਣਗੇ। ਸੁਪਰੀਮ ਕੋਰਟ ਤੱਕ ਵੀ ਇਹ ਮਾਮਲਾ ਜਾਵੇਗਾ, ਕਿਉਂਕਿ ਹਾਈ ਕੋਰਟ ਦਾ ਵੀ ਇੱਕ ਫੈਸਲਾ ਸਾਹਮਣੇ ਆਇਆ ਸੀ ਕਿ ਕਿਸਾਨ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਨੇ। ਲੇਕਿਨ ਇੱਕ ਤਸਵੀਰ ਹੈ ਜਦੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਹ ਕਾਲ ਦਿੱਤੀ ਗਈ ਹੈ ਕਿ ਟੋਲ ਪਲਾਜ਼ੇ ਜਿਹੜੇ ਨੇ ਉਹ 3 ਤੋਂ 4 ਘੰਟੇ ਲਈ ਬੰਦ ਕੀਤੇ ਜਾਣ। ਉਸ ਦੇ ਤਹਿਤ ਇਹ ਪਟਿਆਲਾ ਦਾ ਤ੍ਰਿੜੀ ਜੱਟਾ ਟੋਲ ਪਲਾਜ਼ਾ ਹੈ ਜਿਹੜਾ ਕਿਸਾਨਾਂ ਦੇ ਵੱਲੋਂ ਬੰਦ ਕੀਤਾ ਗਿਆ, ਔਰ ਇਹ ਖਾਸ ਤੌਰ 'ਤੇ ਕਿਹਾ ਜਾ ਰਿਹਾ ਕਿ ਇੱਕ ਆਸ ਵੀ ਹੈਗੀ ਹੈ, ਕਿਉਂਕਿ ਕੇਂਦਰ ਦੇ ਨਾਲ ਜਦੋਂ ਅੱਜ ਮੀਟਿੰਗ ਹੈ, ਕੇਂਦਰ ਦੇ ਮੰਤਰੀਆਂ ਦੇ ਨਾਲ ਜਦੋਂ ਮੀਟਿੰਗ ਹੈ, ਤਾਂ ਉਸ ਮੀਟਿੰਗ ਦੇ ਵਿੱਚੋਂ ਕੋਈ ਨਾ ਕੋਈ ਵੱਡਾ ਹੱਲ ਜਿਹੜਾ ਉਹ ਕਿਸਾਨਾਂ ਨਾਲ ਨਿਕਲ ਸਕਦਾ, ਜਿਸ ਦੇ ਕਰਕੇ ਕਿਸਾਨ ਆਪਣੇ ਆਪਣੇ ਘਰਾਂ ਨੂੰ ਦੁਬਾਰਾ ਜਿਹੜੇ ਨੇ ਉਹ ਸ਼ੰਭੂ ਬਾਰਡਰ ਤੋਂ ਭਰਤ ਜਾਣ, ਔਰ ਅਜਿਹੀ ਸਥਿਤੀ ਨਾ ਬਣੇ ਜਿਸ ਦੇ ਵਿੱਚ ਜਵਾਨ ਅਤੇ ਕਿਸਾਨ ਆਮਣੇ ਸਾਹਮਣੇ ਹੋਣ। ਕੈਮਰਾ ਪਰਸਨ ਰਵੀ ਜੱਬਲ ਦੇ ਨਾਲ ਦਮਪ੍ਰੀਤ ਸਿੰਘ, PTC ਨਿਊਜ਼ ਪਟਿਆਲਾ।